ਬਾਈ ਜੀ ਜਿਹੜੀ ਆਪਾਂ ਵੀਡੀਓ ਵਿਖਾ ਕੇ ਜਾ ਰਹੇ ਹਾਂ ਇਹ ਇੱਕ ਨਵਾਂ ਇਹਦੇ 'ਚ ਪੈਂਚਰ ਲਾਉਣ ਵਾਲਾ ਸਮਾਨ ਆਇਆ ਕਿ ਜਿਹੜਾ ਇਹਦੇ ਟਿਊਬ ਦੇ ਵਿੱਚ ਪੈਂਦਾ ਹੈ, ਚਾਹੇ ਮੋਟਰਸਾਈਕਲ ਹੈ, ਚਾਹੇ ਟਰੈਕਟਰ ਹੈ, ਚਾਹੇ ਕਾਰ ਹੈ, ਚਾਹੇ ਜੀਪ ਹੈ, ਜਿਹੜਾ ਕਿ ਖਾਲੀ ਟਿਊਬ 'ਚ ਪਾਇਆ ਜਾਂਦਾ, ਬਾਅਦ 'ਚ ਹਵਾ ਭਰੀ ਜਾਂਦੀ ਹੈ, ਜਿਹਦੇ ਵਿੱਚ ਮੰਨ ਕੇ ਚੱਲੋ ਜਾਂ ਇੱਡੀ ਲੰਬੀ ਮੇਕ ਹੈ, ਕਿੱਲ ਵਗੈਰਾ ਹੋਵੇ, ਜਿਹੜਾ ਸਾਰਾ ਅਸੀਂ ਵਿੱਚ ਟੁੱਟ ਦੇਵਾਂਗੇ, ਬਾਅਦ 'ਚ ਉਹਨੂੰ ਬਾਹਰ ਕੱਢਿਆ ਜਾਏਗਾ ਤੇ ਇਹਨੂੰ ਘੁਮਾਇਆ ਜਾਏਗਾ ਤੇ ਜੋ ਹੋਗਾ ਪੈਂਚਰ ਉਹ ਆਟੋਮੈਟਿਕ ਲੱਗ ਜਾਏਗਾ। ਆਹ ਅਸੀਂ ਬਾਈ ਤੁਹਾਡੇ ਸਾਹਮਣੇ ਲਾਉਣ ਲੱਗੇ ਆ, ਬਾਈ ਇਹਨੂੰ ਫੜੋ, ਆਹ ਬਾਈ ਜੀ ਮੇਕ ਹੈ, ਇੱਕ ਮਿੰਟ, ਆਹ ਮੇਕ ਹੈ, ਕਿਲੋ ਮੀਟਰ ਤੋਂ ਪਹਿਲਾਂ 2 ਇੰਚ ਵੱਡੀ ਹੋਈ, ਕੋਈ ਚੱਕਰ ਨਹੀਂ ਹੈ ਜੀ, ਇਹ ਤੁਰੇ ਜਾਂਦੇ ਮੋਟਰਸਾਈਕਲ ਤੇ ਲੱਗ ਜਾਂਦੀ ਹੈ, ਚਾਹੇ ਟਰੈਕਟਰ ਚਾਹੇ ਕਾਰ ਜੀਪ ਹੈ, ਆਹ ਅਸੀਂ ਮੇਕ ਲਾਉਣ ਲੱਗੇ ਹਾਂ ਜੀ ਇਹਦੇ 'ਚ। ਬਾਈ ਜੀ ਆਹ ਮੇਕ ਅਸੀਂ ਟਾਇਰ 'ਚ ਪਾਉਣ ਲੱਗੇ ਹਾਂ, ਆਹ ਲਓ ਬਾਈ ਜੀ ਆਹ ਸਾਰੀ ਮੇਕ ਪਾਤੀ ਹੈ, ਨੇੜੇ ਕਰ ਲਈ ਦੁਬਾਰ ਕੱਢਣ ਲੱਗੇ, ਆਹ ਪਾਤੀ ਆ, ਹੁਣ ਅਸੀਂ ਇਹਦੇ 'ਚ ਮੇਕ ਕੱਢਣ ਲੱਗੇ ਹਾਂ ਬਾਈ ਜੀ, ਆਹ ਸਾਰੀ ਮੇਕ ਅਸੀਂ ਬਾਹਰ ਕੱਢ ਲਈ ਹੈ, ਆਹ ਬਾਈ ਜੀ ਹਵਾ ਨਿਕਲ ਰਹੀ ਹੈ, ਹਵਾ ਨਿਕਲ ਰਹੀ ਹੈ, ਆਹ ਤੁਸੀਂ ਸੁਣ ਰਹੇ ਹੋ, ਇਹਦੇ ਇਹਨੂੰ ਘੁਮਾ ਦਿਓ, ਜਦੋਂ ਇਹ ਬਾਈ ਜੀ ਘੁੰਮ ਗਿਆ ਪਾਣੀ ਨਾਲ ਤੇ ਜਿੱਥੇ ਅਸੀਂ ਮੇਕ ਲਾਈ ਆ ਉੱਥੇ ਆਟੋਮੈਟਿਕ ਇਹਦੇ ਵਿੱਚ ਜੋ ਪਾਇਆ ਕੈਮੀਕਲ ਉਹਦੇ ਨਾਲ ਪੈਂਚਰ ਲੱਗ ਗਿਆ, ਤੁਰੀ ਜਾਂਦੀ ਵਹੀਕਲ ਦੇ ਆਟੋਮੈਟਿਕ ਪੈਂਚਰ ਲੱਗ ਜਾਂਦਾ ਬਾਈ ਜੀ, ਤੁਹਾਨੂੰ ਰੋਕ ਕੇ ਮਿਸਤਰੀ ਕੋਲ ਪੈਂਚਰ ਪਾਉਣ ਦੀ ਲੋੜ ਨਹੀਂ ਪਊਗੀ, ਕਿਉਂਕਿ ਇਹ ਪ੍ਰੋਜੈਕਟ 1-2 ਦਿਨਾਂ 'ਚ ਆਪਣੇ ਕੋਲ ਪਹੁੰਚ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਦੇਖੋ ਬਾਈ ਜੀ ਇੱਥੇ ਮੇਖ ਲਾਈ ਸੀ, ਜੋ ਕਿ ਲੀਕਿੰਗ ਬੰਦ ਹੋ ਗਈ ਹੈ, ਚਾਹੇ 5 ਮੇਖਾਂ ਲਾ ਕੇ ਫੇਰ ਕੱਢ ਲਓ, ਲੀਕ ਨਾਲ ਦੇ ਨਾਲ ਜਦੋਂ ਇੱਕ ਗੇੜਾ ਆ ਗਿਆ ਜੀ ਆਟੋਮੈਟਿਕ ਪਕੜ ਕੇ ਇਹਦੇ 'ਚ ਪੈਂਚਰ ਲੱਗ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।